ਭਾਰਤ ਪਾਕ ਸਰਹੱਦ ਵਾਹਗਾ ਬਾਰਡਰ ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਗਿਆ ਸੀ ਪਰ ਤੇਜ਼ ਹਵਾਵਾਂ ਵਗਣ ਦੇ ਕਾਰਨ ਇਹ 3-4 ਵਾਰ ਨੁਕਸਾਨਿਆ ਗਿਆ ਜਿਸ ਤੋਂ ਬਾਅਦ ਹੁਣ ਇਸ ਨੂੰ ਨਹੀਂ ਲਹਿਰਾਇਆ ਗਿਆ ਇਸ ਕਦਮ ਨੂੰ ਪੰਜਾਬ ਵਿੱਚ ਸਰਕਾਰ ਦੀ ਤਬਦੀਲੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਇਸ ਝੰਡੇ ਦਾ ਸਾਈਜ਼ ਘੱਟ ਕਰਨ ਸੰਬੰਧੀ ਪ੍ਰਸ਼ਾਸਨ ਤੋਂ ਰਾਏ ਮੰਗੀ ਗਈ ਸੀ ਪਰ ਹੁਣ ਤੱਕ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਰਾਏ ਨਹੀਂ ਦਿੱਤੀ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੀ ਰਾਏ ਆਵੇਗੀ ਉਸੇ ਤਰੀਕੇ ਕਾਰਜ ਕੀਤਾ ਜਾਵੇਗਾ ਇਸ ਤਿਰੰਗੇ ਦੀ ਉਚਾਈ 350 ਫੁੱਟ ਜਦਕਿ ਇਸ ਤੇ ਲਹਿਰਾਏ ਗਏ ਤਿਰੰਗੇ ਦੀ ਲੰਬਾਈ 90 ਫੁੱਟ ਤੇ ਚੌੜਾਈ 50 ਫੁੱਟ ਸੀ ਮੈਨੂੰ ਲਿਖਿਆ ਸੀਗਾ ਤੇ ਉਹਦਾ ਐਕਸਪਰਟ ਓਪੀਨੀਅਨ ਲੈ ਕੇ ਕਿ ਕਿਵੇਂ ਇੰਨੀ ਉੱਚੀ ਹਾਈਟ ਵਾਲਾ ਜਿਹੜੀ ਜਗ੍ਹਾ ਉਹਦੇ 'ਤੇ ਇੰਨੇ ਵੱਡੇ ਸਾਈਜ਼ ਦਾ ਅਤੇ ਇਸ ਮਟੀਰੀਅਲ ਦਾ ਕੀ ਫਿਜ਼ੀਬਲ ਹੈ ਕਿ ਉਹ ਦੁਬਾਰਾ ਡੈਮੇਜ ਨਾ ਹੋਵੇ ਅਜੇ ਉਸ ਦਾ ਸਾਡੇ ਕੋਲ ਜਵਾਬ ਨਹੀਂ ਪ੍ਰਾਪਤ ਹੋਇਆ ਅਤੇ ਮੈਂ ਉਮੀਦ ਕਰਦਾ ਵੀ ਕੁਛ ਦੇਰ 'ਚ ਆ ਜਾਊਗਾ ਅਤੇ ਜੋ ਵੀ ਗਵਰਨਮੈਂਟ ਵੱਲੋਂ ਐਕਸਪਰਟਸ ਵੱਲੋਂ ਜੋ ਦੱਸਿਆ ਜਾਊਗਾ ਉਹਦੇ ਅਕੋਰਡਿੰਗਲੀ ਕਾਰਵਾਈ ਕਰਾਂਗੇ